ਹੋਣਾ, ਅੱਧੀ ਤਾਂ ਬਾਹੀ ਲੱਥ ਗਈ, ਨਾਲ ਹੀ ਨਾੜੀਆਂ ਬਾਹਰ ਆਈਆਂ, ਨਾੜੀਆਂ ਬਾਹਰ ਆ। ਨਿਹੰਗ ਸਿੰਘਾਂ ਦੇ ਬਾਣੇ ਵਾਲੇ ਦੋ ਵਿਅਕਤੀਆਂ ਨੇ ਇੱਕ ਕੂੜਾ ਚੁੱਕਣ ਵਾਲੇ ਪ੍ਰਵਾਸੀ ਮਜ਼ਦੂਰ ਤੇ ਹਮਲਾ ਕਰ ਦਿੱਤਾ ਹੈ। ਪ੍ਰਵਾਸੀ ਮਜ਼ਦੂਰ ਤੇ ਕਿਰਪਾਨਾਂ ਨਾਲ ਹਮਲਾ ਕੀਤਾ ਗਿਆ ਹੈ ਅਤੇ ਉਸਦੀ ਬਾਂਹ ਦੀ ਹੱਡੀ ਤੋੜ ਦਿੱਤੀ ਗਈ। ਇੰਨਾ ਹੀ ਨਹੀਂ, ਪ੍ਰਵਾਸੀ ਮਜ਼ਦੂਰ ਤੇ ਹਮਲਾ ਪੁਲਿਸ ਦੀ ਮੌਜੂਦਗੀ ਵਿੱਚ ਕੀਤਾ ਗਿਆ, ਜਿਸ ਤੋਂ ਬਾਅਦ ਮੌਕੇ ਤੋਂ ਇੱਕ ਹਮਲਾਵਰ ਫਰਾਰ ਹੋ ਗਿਆ, ਜਦਕਿ ਦੂਜਾ ਹਮਲਾਵਰ ਕਾਬੂ ਕਰ ਲਿਆ ਗਿਆ। ਅੱਧੀ ਤਾਂ ਬਾਹੀ ਲੱਥ ਗਈ, ਨਾਲ ਹੀ ਨਾੜੀਆਂ ਬਾਹਰ ਆਈਆਂ, ਤੇ ਅੰਮ੍ਰਿਤਸਰ ਸਾਹਿਬ ਵਿਖੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਜਿੱਥੇ 13 ਸਾਲਾਂ ਦੇ ਇੱਕ ਨੌਜਵਾਨ ਸਣੇ ਇੱਕ ਹੋਰ ਵਿਅਕਤੀ ਜੋ ਕਿ ਨਿਹੰਗ ਸਿੰਘਾਂ ਦੇ ਬਾਣੇ ਵਿੱਚ ਆਏ ਸੀ, ਦੋਵਾਂ ਵੱਲੋਂ ਵਿਰਾਸਤੀ ਗਲਿਆਰੇ ਕੋਲ ਇਸ ਪ੍ਰਵਾਸੀ ਮਜ਼ਦੂਰ ਨੂੰ ਆਪਣਾ ਨਿਸ਼ਾਨਾ ਬਣਾ ਰੱਖਿਆ। ਪੀੜਤ ਵਿਅਕਤੀ ਸੜਕਾਂ ਤੋਂ ਪਲਾਸਟਿਕ ਦੀਆਂ ਬੋਤਲਾਂ ਅਤੇ ਦੂਜਾ ਕੂੜਾ ਆਦਿ ਚੁੱਕ ਰਿਹਾ ਸੀ, ਜਿੱਥੇ ਕਿ ਦੋ ਵਿਅਕਤੀਆਂ ਨੇ ਉਸ 'ਤੇ ਕਿਰਪਾਨਾਂ ਨਾਲ ਹਮਲਾ ਕਰਕੇ ਉਸ ਨੂੰ ਲਹੂ ਲੁਹਾਣ ਕਰ ਦਿੱਤਾ। ਇਸ ਦੌਰਾਨ ਹੁਣ ਪੁਲਿਸ ਵੱਲੋਂ ਉਸ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਪਹੁੰਚਾਇਆ ਗਿਆ। ਖਾਇਆ ਨਹੀਂ ਥਾ ਤੇ ਇੱਕ ਬੈਗ ਅਗਰ ਛੋਟੀ ਸੇ ਮਾਰਾ ਉਨ ਫਿਰ ਕੰਪਾਨੀ ਕਾਲ ਕੇ ਬਸੀਆਂ ਹਮਲਾ, ਫਿਰ ਪੁਲਿਸ ਵਾਲਾ ਮੌਜੂਦ ਹੋ ਗਿਆ ਹੂੰ ਆਪਣੇ ਇੱਕ ਭਾਗ ਗਿਆ। ਅਬ ਆਪ ਕਿਆ ਕਾਰਵਾਈ ਕਰਵਾਉਣਾ ਚਾਹਤੇ ਉਨਕੇ ਉੱਪਰ? ਕਰਵਾਈ ਤਾਂ ਮੇਰਾ ਹਾਂ ਠੀਕ ਹੋ ਜਾਤਾ, ਨਹੀਂ ਠੀਕ ਹੋਗਾ ਤਾਂ ਫਿਰ ਉਨ ਲੋਕ ਜਾਂ ਅੰਦਰ ਦੇ ਦਿਓ, ਔਰ ਕਿਆ ਕਰਨਾ, ਜੋ ਗਰੀਬ ਕੈਸੇ ਕੱਲ੍ਹ ਕਿਸੇ ਕੋ ਔਰ ਮਾਰੇਂਗੇ, ਕੱਲ੍ਹ ਕਿਸੇ ਕੋ ਔਰ ਮਾਰੇਂਗੇ। ਪੁਲਿਸ ਕੀ ਤਰਫ ਸੇ ਕਿਸੇ ਕੋ ਗ੍ਰਿਫਤਾਰ ਕੀਆ ਗਿਆ ਮੌਕੇ ਪਰ? ਪੁਲਿਸ ਕਾ ਪੁਲਿਸ ਹੂੰ ਮੌਜੂਦ ਹੂੰ ਇਸ ਬਾਅਦ ਮੇਂ। ਜਿਸਨੇ ਆਪਕੋ ਕਿਰਪਾਨ ਮਾਰੀ ਉਸਕੋ ਪਕੜਾ ਗਿਆ? ਇੱਕ ਪਕੜਾ ਗਿਆ, ਇੱਕ ਭਾਗ ਗਿਆ। ਦੂਸਰੇ ਕੋ ਵੀ ਪਕੜਨ ਜਾਈਏ? ਹਾਂ ਦੂਸਰੇ ਕੋ ਪਕੜ ਲਿਆ। ਨਹੀਂ ਥਾ ਕਿਤਨੇ ਲੋਗੋਂ ਨੇ ਆਪਕੋ ਮਾਰਾ? ਦੋ ਆਦਮੀ ਥਾ, ਨਿਹੰਗ ਕਾ ਲੜਕਾ ਥਾ, ਮੈਂ ਤਮਾਕੁਲ ਥਾ, ਮੈਂ ਪਾਣੀ ਵਾਲਾ ਬੋਤਲ ਉਸੀ ਸੇ ਵੇਚ ਕੇ ਤੋ ਉਸ ਸੇ ਰੋਟੀ ਖਾਤੇ ਹੈ ਗਰੀਬ ਬੰਦੇ, ਮੇਰਾ ਹੱਡੀ ਟੁੱਟਾ ਹੋਇਆ ਉਸੀ ਕੇ ਮਾਰੇ ਬੋਤਲ ਚੁੰਮ ਕੇ ਆਪਣਾ ਪੇਟ ਭਰ ਦਿੱਤਾ। ਕਿਆ ਕਿਆ ਮਾਰਾ ਆਪਕੀ ਬਾਂਹ ਪੇ? ਕੰਪਾਨ ਮਾਰਾ ਹੈ। ਠੀਕ, ਪੂਰਾ ਬਾਡੀ ਹੈ ਮੇਰਾ। ਤੇ ਪੀੜਤ ਮਜ਼ਦੂਰ ਪਟਨਾ ਦਾ ਰਹਿਣ ਵਾਲਾ ਹੈ, ਜੋ ਕਿ ਦਰਬਾਰ ਸਾਹਿਬ ਨੇੜੇ ਘੰਟਾ ਘਰ ਕੋਲ ਰਹਿੰਦਾ ਹੈ ਅਤੇ ਸੜਕਾਂ ਤੋਂ ਬੋਤਲਾਂ ਅਤੇ ਕਚਰਾ ਚੁੱਕ ਕੇ ਆਪਣਾ ਗੁਜ਼ਾਰਾ ਕਰਦਾ ਹੈ। ਤੜਕਸਾਰ ਜਦੋਂ ਉਹ ਬੋਤਲਾਂ ਚੁੱਕ ਰਿਹਾ ਸੀ ਤਾਂ ਦੋ ਨਿਹੰਗ ਸਿੰਘਾਂ ਦੇ ਬਾਣੇ ਵਾਲੇ ਵਿਅਕਤੀਆਂ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਲਜ਼ਾਮ ਲਾਏ ਗਏ ਕਿ ਪ੍ਰਵਾਸੀ ਮਜ਼ਦੂਰ ਨੇ ਆਪਣੀ ਜੇਬ ਵਿੱਚ ਤੰਬਾਕੂ ਪਾਇਆ ਹੋਇਆ ਸੀ। ਉੱਧਰ ਪੁਲਿਸ ਨੇ ਮੌਕੇ ਤੋਂ ਹਮਲਾ ਕਰਨ ਵਾਲੇ ਇੱਕ 13 ਸਾਲ ਦੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ, ਜਦਕਿ ਦੂਜਾ ਵਿਅਕਤੀ ਮੌਕੇ ਤੋਂ ਫਰਾਰ ਹੋ ਗਿਆ। ਕੀ ਗੱਲ ਹੋਈ ਹੈ? ਨਹੀਂ ਆਪਣਾ ਕੀ ਮਾਰਿਆ ਕੀ ਹੈ? ਹਾਂਜੀ, ਤੇ ਕਿਹੜੇ ਥਾਣੇ ਤੋਂ ਆਏ? ਦੱਸ ਦਈਏ ਕਿ ਅੰਮ੍ਰਿਤਸਰ ਸਾਹਿਬ ਵਿਖੇ ਕੁਝ ਦਿਨਾਂ 'ਚ ਅਜਿਹੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਨੇ, ਜਿੱਥੇ ਨਿਹੰਗ ਸਿੰਘ ਦੇ ਬਾਣੇ ਵਾਲੇ ਵਿਅਕਤੀਆਂ ਵੱਲੋਂ ਪ੍ਰਵਾਸੀ ਮਜ਼ਦੂਰਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਹੋਵੇ। ਬੀਤੇ ਦਿਨੀ ਸਥਾਨਕ ਘਿਓ ਮੰਡੀ 'ਚ ਵੀ ਕੁਝ ਤੰਬਾਕੂ ਵੇਚਣ ਵਾਲੇ ਲੋਕਾਂ 'ਤੇ ਹਮਲਾ ਹੋਇਆ ਸੀ, ਜਿਸ ਵਿੱਚ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ
ਕੁਝ ਨਿਹੰਗ ਸਿੰਘਾਂ ਦੇ ਬਾਣੇ ਵਾਲੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ, ਸੈਂਟਰਲ ਪੰਜਾਬ ਟੀਵੀ।